ਐਦੀ ਲਖਵੀਰ ਕਿੰਨੀ ਉਮਰ ਆ? ਹਾਂ, ਇਹ ਵੱਡਾ ਹੀ ਹੈ, ਇਹਨੂੰ 15ਵਾਂ ਸਾਲ ਲੱਗ ਗਿਆ। ਇਹ 15 ਸਾਲਾਂ ਦਾ ਹੋ ਗਿਆ ਆ ਬੱਚਾ। ਹਾਂਜੀ, ਪਿੰਡ ਘਮਿਆਰੇ ਦੇ ਵਿੱਚ ਖੜਾ ਮੈਂ। ਕਾਫੀ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ, ਨਿੱਕੇ ਨਿੱਕੇ ਬੱਚੇ ਜਿਹੜੇ ਉਮਰ ਤੋਂ ਉਮਰ ਬਹੁਤ ਹੋ ਗਈ ਆ ਪਰ ਬਹੁਤ ਛੋਟੇ ਛੋਟੇ ਰਹਿ ਗਏ। ਬਾਈ ਮੇਰੇ ਨਾਲ ਘਮਿਆਰੇ ਪਿੰਡ ਤੋਂ ਬਈ, ਤੇਰਾ ਨਾਂ ਕੀ ਆ? ਭੁਪਿੰਦਰ ਸਿੰਘ। ਭੁਪਿੰਦਰ ਬਾਈ ਦਾ ਨਾਂ। ਬਾਈ ਅਸਲ ਦੇ ਵਿੱਚ ਬਾਈ ਭੁਪਿੰਦਰ ਨੇ ਮੈਨੂੰ ਆਖਿਆ ਸੀ ਵੀ ਸੁਖਜਿੰਦਰ ਆਈ, ਤੇ ਮੈਂ ਉਹ ਵੀਡੀਓ ਪਾਈ ਸੀ। ਤੇ ਮੈਂ ਨਾ ਵੀਡੀਓ ਦੁਬਾਰਾ ਬਣਾਉਣ ਦਾ ਕਾਰਨ ਇਹ ਆ ਕਿ ਮੈਂ ਇੱਥੇ ਜਵਾਨ ਕੀਤੀ ਸੀ ਇੱਕ ਕਿ ਭਾਈ ਜੋ ਵੀ ਮੈਨੂੰ ਵੀਡੀਓ ਤੋਂ ਆਊਗਾ ਮੈਂ ਉਹ ਦੇ ਕੇ ਜਾਊਂਗਾ। ਅੱਜ ਮੈਂ ਤੇ ਵੱਡਾ ਬਾਈ ਗੁਰਮੀਤ ਦੋਨੇ ਨੇ ਸਪੈਸ਼ਲ ਆਏ ਆ ਇੱਥੇ ਹੀ ਵੀ ਆਪਾਂ ਯਾਰ ਚੱਲ ਅੱਜ ਵਿਹਲੇ ਸੀਗੇ ਵੀ ਆਪਾਂ ਚੱਲ ਕੇ ਆਉਂਦੇ ਯਾਰ ਬੱਚਿਆਂ ਦੇ, ਚਲੋ ਦਾਤੇ ਦੇ ਉਸ ਰੰਗ ਦੇ ਦਰਸ਼ਨ ਕਰਕੇ ਆਉਂਦੇ ਹਾਂ ਹਨਾ, ਤੇ ਨਾਲ ਆਏ ਆ। ਪਰ ਮੈਂ ਵੀਡੀਓ ਪਾਉਣ ਦਾ ਕਾਰਨ ਇਹ ਆ ਵੀ ਕਈ ਵਾਰੀ ਐਵੇਂ ਵੀ ਹੋ ਜਾਂਦਾ ਵੀ ਕਈ ਸੱਜਣ ਸੋਚ ਲੈਂਦੇ ਆ ਵੀ ਯਾਰ ਪਤਾ ਨਹੀਂ ਉਹੀ ਮਤਲਬ ਵੀਡੀਓ ਪਾ ਕੇ ਵਿਊ ਲੈ ਗਿਆ ਯਾਰ, ਪਤਾ ਨਹੀਂ ਦੇ ਕੇ ਗਿਆ ਕਿ ਨਹੀਂ ਦੇ ਕੇ ਗਿਆ ਹਨਾ, ਇਸ ਕਰਕੇ ਮੈਂ ਵੀਡੀਓ ਪਾਈ। ਫਿਰ ਦੂਜੀ ਗੱਲ ਇਹ ਵੀ ਸੀ ਕਿ ਆਪਾਂ ਪੁੱਛਾਂਗੇ ਵੀ ਬਾਈ ਨੂੰ ਜਾ ਕੇ ਵੀ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਰਿਹਾ, ਜਾਂ ਲੋਕਾਂ ਨੇ ਕੋਈ ਬਾਂਹ ਫੜੀ ਬਾਈ ਦੀ, ਜਾਂ ਕੋਈ ਅੱਗੇ ਕੋਈ ਗੱਲ ਪ੍ਰੋਗਰੈਸ ਅੱਗੇ ਹੋਈ ਕਿ ਨਹੀਂ ਹੋਈ ਹਨਾ, ਆਪਾਂ ਉਹ ਵੀ ਗੱਲਬਾਤ ਕਰਾਂਗੇ। ਅਤੇ ਦੂਜੀ ਗੱਲ ਮੈਂ ਇਹ ਸੱਜਣਾਂ ਨੂੰ ਕਹਿਣੀ ਚਾਹੁੰਦਾ ਕਿ ਕਈ ਵਾਰੀ ਸ਼ਾਇਦ ਆਪਣੇ ਕੋਈ ਆਪਣੇ ਤੋਂ ਜਿਹੜਾ ਮਨੋ ਦੁਖੀ ਬੰਦਾ ਹੁੰਦਾ ਉਹ ਸੋਚ ਲੈਂਦਾ ਵੀ ਯਾਰ ਪਤਾ ਨਹੀਂ ਵੀਡੀਓ ਪਾਈ ਸੀ ਵੀ ਪਤਾ ਨਹੀਂ ਲੋਕਾਂ ਤੋਂ ਹੀ ਪੈਸੇ ਮੰਗਾ ਲਏ ਹੋਣਗੇ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਆਪਾਂ ਉਸ ਵੀਡੀਓ ਦੇ ਵਿੱਚ ਵੀ ਆਖਿਆ ਸੀ ਕਿ ਮੇਰੇ ਨਾਲ ਕੋਈ ਬੰਦਾ ਸੰਪਰਕ ਨਾ ਕਰੇ, ਬਾਈ ਦਾ ਨੰਬਰ ਦਿੱਤਾ ਸੀਗਾ ਸਪੈਸ਼ਲ, ਅਤੇ ਸਪੈਸ਼ਲ ਇਹ ਗੱਲ ਆਖੀ ਸੀ ਮੇਰੇ ਨਾਲ ਕੋਈ ਬੰਦਾ ਸੰਪਰਕ ਨਾ ਕਰੇ, ਅਤੇ ਆਪਣੇ ਨਾਲ ਕਿਸੇ ਨੇ ਕੀਤਾ ਵੀ ਹੈ ਨੀਗਾ, ਬਾਕੀ ਆ ਵੀਡੀਓ ਸਬੂਤ ਆ, ਠੀਕ ਆ ਕਿ ਨਹੀਂ? ਅਤੇ ਜੋ ਵੀ ਆ ਤਿਲ ਫੁੱਲ ਆਪਣੇ ਵੱਲੋਂ ਦਮੋ ਕੋਸ਼ਿਸ਼ ਕੀਤੀ ਆ ਕਿ ਜਿੰਨੇ ਹੈਗੇ ਆ ਜੋ ਜਿੰਨੇ ਕੁ ਜੋਗੇ ਆ ਅਤੇ ਦੇ ਕੇ ਚੱਲਿਆ। ਆ ਜਾਓ ਬਾਈ ਹੁਣਾਂ ਦੇ ਘਰ ਚੱਲਦੇ ਹਾਂ। ਬਹੁਤ ਵਾਰ ਪਿਆਰੇ ਸੱਜਣ ਕਿਸੇ ਬੰਦੇ ਤੋਂ ਕਈ ਵਾਰੀ ਉਮੀਦ ਕਰ ਲੈਂਦੇ ਆ ਕਿ ਉਹ ਇੱਕ ਜਗ੍ਹਾ ਪਹੁੰਚਿਆ, ਉਹ ਹਰ ਥਾਂ ਪਹੁੰਚੇ ਇਸ ਤਰ੍ਹਾਂ ਦੇ ਕੇਸ 'ਚ, ਹਰ ਥਾਂ ਮੈਥੋਂ ਜਾਂ ਸਾਡੀ ਟੀਮ ਤੋਂ ਨਹੀਂ ਪਹੁੰਚਿਆ ਜਾਊਗਾ, ਕਿਉਂਕਿ ਅਸੀਂ ਅਸਲ ਦੇ ਵਿੱਚ ਸਮਾਜ ਸੇਵਾ ਨਹੀਂ ਕਰਦੇ, ਅਸੀਂ ਤਾਂ ਇੱਕ ਛੋਟੇ ਮੋਟੇ ਕਾਰੋਬਾਰੀ ਜੀ ਹਾਂ। ਕਾਰੋਬਾਰੀ ਕਰਦਿਆਂ ਦੇ ਪਤਾ ਨਹੀਂ ਕਿਵੇਂ ਦਿਮਾਗ 'ਚ ਆ ਗਈ ਕਿ ਯਾਰ ਇੱਥੇ ਕਹਿ ਲਓ ਕਿ ਆਪਾਂ ਨੂੰ ਹਿੱਸਾ ਪਾਉਣਾ ਚਾਹੀਦਾ, ਉਸ ਤਰ੍ਹਾਂ ਦੀ ਗੱਲਬਾਤ ਸੀਗੀ। ਸਾਲ 'ਚ ਇੱਕ ਅੱਧੀ ਵਾਰ ਜ਼ਰੂਰ ਕਰਦੇ ਰਹਾਂਗੇ, ਬਾਕੀ ਉੱਦਾਂ ਮੇਰਾ ਜਿਹੜਾ ਕਾਰੋਬਾਰ ਆ ਖੈਰ ਉਹ ਨਹੀਂ ਆਗਿਆ ਦਿੰਦਾ ਕਿ ਮੈਂ ਹਰ ਥਾਂ ਪਹੁੰਚ ਜੂੰਗਾ, ਨਹੀਂ ਪਹੁੰਚਿਆ ਜਾਂਦਾ। ਐਦੀ ਲਖਵੀਰ ਕਿੰਨੀ ਉਮਰ ਆ? ਇਹ ਵੱਡਾ ਹੀ ਹੈ, ਇਹਨੂੰ 15ਵਾਂ ਸਾਲ ਲੱਗ ਗਿਆ। ਇਹ 15 ਸਾਲਾਂ ਦਾ ਹੋ ਗਿਆ ਆ ਬੱਚਾ, ਤੇ ਉਹ ਆ ਬੱਚਾ ਤਾਂ ਹਾਂ, ਸਤਿ ਸ਼੍ਰੀ ਅਕਾਲ ਜੀ। ਆ ਬੱਚਾ ਇਹ ਹੋ ਗਿਆ 5-6, ਇਹ 6-7 ਸਾਲ ਦੀ ਉਮਰ ਹੋ ਗਈ ਇਹਦੀ, ਇਹ ਬੱਚੇ ਦੀ। ਦੂਜਾ ਦਾ ਨਾਨਕੀ ਜਾਂਦਾ ਰਿਹਾ ਜੀ ਪਰਸੋਂ ਦੇ। ਅੱਛਾ, ਉਹ ਨਾਨਕੀ ਜਾ ਵੜਿਆ। ਅੱਛਾ, ਇੱਕ ਬੱਚਾ ਨਾਨਕੀ ਚਲਿਆ ਗਿਆ। ਤੇ ਬਾਈ ਲਖਵੀਰ ਫਿਰ ਫੋਨ ਨੰਬਰ ਦਿੱਤਾ ਸੀ, ਕੋਈ ਫੋਨ ਆਇਆ? ਹਾਂ ਜੀ, ਫੋਨ ਆਉਂਦੇ ਆ ਜੀ ਬਹੁਤ। ਹਾਂ, ਕੋਈ ਇਹੋ ਜਿਹਾ ਸੱਜਣ ਟੱਕਰਿਆ ਜਿਹਨੇ ਆਖਿਆ ਹੋਵੇ ਵੀ ਆਪਾਂ ਕੋਈ ਕੋਸ਼ਿਸ਼ ਕਰਕੇ ਦੇਖਦੇ ਹਾਂ, ਇਲਾਜ ਕਰਾ ਕੇ ਦੇਖਦੇ ਹਾਂ? ਹਾਂ ਜੀ, ਹੈਂ ਆਖਦੇ ਨੇ ਮੈਨੂੰ ਬਾਹਰੋਂ ਫੋਨ ਬਹੁਤ ਆਏ ਜੀ। ਹਾਂ, ਚਲੋ ਫਿਰ ਤਾਂ ਫੋਨ ਕਈ ਵਾਰੀ ਆ ਜਾਂਦਾ ਮੁੜ ਕੇ, ਕਈ ਵਾਰੀ ਨਹੀਂ ਬੰਦਾ ਕੰਮ ਫੋਨ ਆਈ ਜਾਂਦੇ। ਚੱਲ ਇਹ ਚ ਵੀ ਨੰਬਰ ਦੇ ਦਿਆਂ ਤੇਰਾ, ਇਹਦੇ ਵਿੱਚ ਵੀ ਦੇ ਪਾ ਦਿਆਂ ਵਿੱਚ ਨੰਬਰ ਤੇਰਾ। ਹੈਂ, ਲੈ ਵੀ ਬਾਈ ਲਖਵੀਰ ਦਾ ਮੈਂ ਨੰਬਰ ਪਾਉਣ ਲੱਗਿਆ, ਤੇ ਜਿਹੜਾ ਵੀ ਇੱਕ ਬੱਚਾ ਬਾਈ ਦਾ ਗਿਆ ਹੋਇਆ ਨਾਨਕਿਆਂ ਨੂੰ, ਉੱਥੇ ਨਾਨਕੀਆਂ ਜਿਹੜਾ ਉਹ ਬੱਚਾ ਖੜਾ ਮੰਜੇ ਦੇ ਨਾਲ, ਉਹਦੀ ਉਮਰ 15-16 ਸਾਲ ਦੀ ਆ। 15-16 ਸਾਲ ਦਾ ਬੱਚਾ ਦੇਖ ਲਓ ਜਵਾਨ ਹੋ ਜਾਂਦਾ ਹਨਾ, ਆਹ ਬੱਚੇ ਦੀ ਉਮਰ ਇਹ ਹਜੇ ਹੁਣ ਬੈਠਣ ਲੱਗਿਆ। ਤੁਸੀਂ ਪਿਆ ਦੇਖ ਕੇ ਕਹੋਗੇ ਕਿ ਵੀ ਬੱਚੇ ਦੀ ਉਮਰ ਜ਼ਿਆਦਾ ਤੋਂ ਜ਼ਿਆਦਾ 7-8 ਮਹੀਨੇ ਹੋਊਗੀ, ਅਤੇ ਤੁਸੀਂ ਦੇਖ ਲਓ ਵੀ ਇਹ ਬੱਚੇ ਦੀ ਉਮਰ ਆ ਜਿਹੜੀ ਉਹ 7-8 ਸਾਲ ਆ ਹਨਾ ਬਾਈ, ਬਈ ਇੰਨਾ ਫਰਕ ਆ। ਅਤੇ ਚਲੋ ਬਾਈ, ਵਾਹਿਗੁਰੂ ਕਿਰਪਾ ਕਰੇ ਹੈ ਨਾ ਦਾਤਾ, ਵੀ ਕੋਈ ਦਵਾਈ ਜਾਂ ਕੋਈ ਬੰਦਾ ਹੀ ਇਹੋ ਜਿਹਾ ਟੱਕਰ ਜੇ, ਮਾਲਕ ਕਿਰਪਾ ਕਰੇ ਬਾਈ। ਤੁਹਾਡਾ ਵੀ ਬਾਈ ਧੰਨਵਾਦ ਯਾਰ, ਬਾਈ ਭੁਪਿੰਦਰ ਤੁਸੀਂ ਯਾਰ ਹੈ ਨਾ ਸਾਨੂੰ ਵੀ ਮੌਕਾ ਦਿੱਤਾ, ਚਲੋ ਅਸੀਂ ਇਸ ਸੇਵਾ ਦੇ ਵਿੱਚ ਸ਼ਾਮਿਲ ਹੋਏ। ਅਤੇ ਬਾਈ ਭੁਪਿੰਦਰ, ਬਾਈ ਲਖਵੀਰ ਤੇਰੇ ਵਾਸਤੇ ਜਿਹੜੀ ਬਾਈ ਰਾਵਤਰੀ ਵੀਡੀਓ ਪਾਈ ਸੀ ਹੈ ਨਾ ਆਪਾਂ, ਅਤੇ ਉਹ ਵੀਡੀਓ 'ਚ ਜੋ ਵੀ ਸਾਡੇ ਸਾਨੂੰ ਤਿਲ ਫੁੱਲ ਆਇਆ ਯੂਟਿਊਬ ਤੋਂ, ਅਤੇ ਉਹ ਭਰਾ ਤੈਨੂੰ ਦੇ ਕੇ ਚੱਲੇ ਅੱਜ। ਹਾਂ, ਤੇ ਲਖਵੀਰ ਫਿਰ ਅੱਜ ਬਾਈ ਕੰਮ 'ਤੇ ਗਿਆ ਵਾ ਸੀ? ਤੇ ਕੰਮ ਤੇਰਾ ਛਡਾਤਾ ਯਾਰ, ਫਿਰ ਤਾਂ ਨੁਕਸਾਨ ਕਰਤਾ। ਨਹੀਂ, ਕੰਮ ਫਿਰ ਵਿੱਚੇ ਛੱਡਿਆ? ਕਾਹਦੇ ਕੰਮ ਤੇ ਸੀ ਅੱਜ? ਅੱਛਾ ਜੀ, ਪਰ ਹੁਣ ਸਾਡਾ ਕੰਮ ਟਰੈਕਟਰ ਵਾਲਾ ਗਿੜਿਆ ਗੁੜਿਆ ਵਾਲਾ ਬੰਦਾ।
ਗੇੜਾ ਬੰਦਾ ਹੁਣ ਹਨਾ ਹਾਂ ਪਰਤਾ ਪੁਰਤਾ ਵੀ ਬੰਦਾ ਫਸਣਾ ਲੱਗੀਆਂ ਹੋਗੀਆਂ ਚਲੋ ਬਾਈ ਫੇਰ ਵੀ ਹਨਾ ਤੁਸੀਂ ਮੈਂ ਯਾਰ ਉਦੋਂ ਨਾ ਮੇਰੇ ਮੈਨੂੰ ਬਹੁਤ ਚੰਗਾ ਲੱਗਿਆ ਇਹ ਗੱਲ ਵੀ ਬਾਈ ਕਹਿੰਦਾ ਯਾਰ ਹਨਾ ਬਾਈ ਭੁਪਿੰਦਰ ਕਹਿੰਦਾ ਵੀ ਜੋ ਮੈਂ ਇਕੱਠੇ ਕਰਦਾ ਉਹ ਸਾਰੇ ਬੱਚਿਆਂ ਤੇ ਲਾ ਦਿੰਦਾ ਆਹ ਬੱਚੇ ਆ ਇੱਕ ਬੱਚਾ ਬਾਈ ਦਾ ਗਿਆ ਹੋਇਆ ਨਾਨਕੀ ਤੇ ਬਾਈ ਜਿੰਨੇ ਪੈਸੇ ਸੀਜ਼ਨ 'ਚ ਇਕੱਠੇ ਕਰਦਾ ਸਾਰੇ ਯਾਰ ਉਹ 'ਤੇ ਹੀ ਲਾ ਦਿੰਦਾ ਬਾਈ ਯਾਰ ਬਹੁਤ ਵੱਡੀ ਗੱਲ ਆ ਹਨਾ ਚਲੋ ਹਰੇਕ ਬੰਦੇ ਹੀ ਆਪਦੀ ਲਾਤ ਦੀ ਖਾਤਰ ਪੈਸੇ ਕਰਦਾ ਹੀ ਆ ਪਰ ਕਿਤੇ ਨਾ ਕਿਤੇ ਯਾਰ ਜਦੋਂ ਜਵਾਕ ਆਏ ਹੋਣ ਤੇ ਬੰਦੇ ਦਿਲ ਛੱਡ ਜਾਂਦੇ ਹਨਾ ਬਾਈ ਪਰ ਇਹ ਬੰਦੇ ਨੇ ਦਿਲ ਨਹੀਂ ਛੱਡਿਆ ਹੈਲੋ 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 ਤਾਂ ਕਰਦੇ ਇੱਕ ਮੇਰੇ ਕੋਲੇ ਫੌਜੀ ਦਾ ਫੋਨ ਆਇਆ ਸੀ ਜੀ ਹਾਂਜੀ ਫੌਜੀ ਹਾਂਜੀ ਹਾਂਜੀ ਰਾਤ ਨੂੰ ਨੇ ਫੋਨ ਕੀਤਾ ਮੈਨੂੰ 9:30 ਵਜੇ ਜੀ ਮੈਨੂੰ ਉਹਨਾਂ ਦਾ ਵੀ ਕੀ ਵਾਲਾ ਬਾਈ ਪਤਾ ਨਹੀਂ ਠੀਕ ਜਾਂਦਾ ਯਾਰ ਅਸੀਂ ਫੋਨ ਲਾਇਆ ਅਸੀਂ ਤਾਂ ਆਖਿਆ ਪਤਾ ਨਹੀਂ ਵੀ ਬਾਈ ਥੱਕਿਆ ਥੱਕਿਆ ਆਇਆ ਹੋਣਾ ਵੀ ਪਿਆ ਹੋਣਾ ਯਾਰ ਫੋਨ ਕਰੀ ਵੈਸੇ ਪਤਾ ਨਹੀਂ ਚੱਕੂ ਕਿ ਨਹੀਂ ਮੈਂ ਕਿਹਾ ਜੀ ਫੋਨ ਤਾਂ ਚੱਕਣਾ ਸੀ ਜੀ ਆਹ ਯਾਰ ਧੰਨ ਦਾ ਬੰਦਾ ਆਉਂਦਾ ਤੂੰ ਅਸੀਂ ਉਹਦਾ ਬਾਰਡਰਾਂ ਦੇ ਬੈਠੇ ਜੰਗ ਲੜਦੇ ਤੂੰ ਘਰੇ ਬੈਠੇ ਲੜੀ ਜਾਂਦਾ ਇਹ 'ਚ ਕੋਈ ਸ਼ੱਕਲ ਨਹੀਂ ਗੱਲ ਹੈ ਜੰਗ ਲੜਨ ਵਾਲਾ ਕੰਮ ਹੀ